ਅੱਜ ਫੇਰ ਇਹ ਖਬਰ ਸੁਰਖੀਆਂ ਵਿੱਚ ਹੈ ਕਿ ਰਾਮ ਰਹੀਮ ਨੂੰ ਮੁੜ ਤੋਂ ਫੇਰ ਇੱਕ ਪਰੋਲ ਦਿੱਤੀ ਗਈ ਹੈ। ਭਾਵੇਂ ਕਿ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੇ ਖਿਲਾਫ਼ ਹਾਈਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ। ਉਸ ਪਟੀਸ਼ਨ ਦੀ ਸੁਣਵਾਈ ਵੀ ਹੋਈ, ਸਾਨੂੰ ਇਸ ਗੱਲ ਦੀ ਰਾਹਤ ਵੀ ਮਿਲੀ ਕਿ ਹਾਈਕੋਰਟ ਨੇ ਇਹ ਮੰਨਿਆ ਕਿ ਮੇਰੇ ਪੁੱਛੇ ਤੋਂ ਬਗੈਰ ਜਿਹੜੀ ਹੈ ਪਰੋਲ ਬੇਵਜ੍ਹਾ ਪਰੋਲ ਨਾ ਦਿੱਤੀ ਜਾਵੇ। ਪਰ ਕੀ ਹੈ, ਬਾਅਦ 'ਚ ਇੱਕ ਫੈਸਲਾ ਆਇਆ, ਜਿਹੜੇ ਫੈਸਲੇ ਨੇ ਇਹ ਗੱਲ ਕਹਿਤੀ ਕਿ ਇਸ ਫੈਸਲੇ ਦਾ ਜਿਹੜਾ ਫੈਸਲਾ ਜਾਂ ਲਗਾਮ ਜਿਹੜੀ ਹੈ ਉਹ ਹਰਿਆਣਾ ਜਿਹੜੀ ਹੈ ਸਰਕਾਰ ਦੇ ਨੂੰ ਸੌਂਪੀ ਜਾਂਦੀ ਹੈ। ਸੋ ਇਹ ਗੱਲ ਪੱਕੀ ਸੀ ਅਤੇ ਸਮਝਣ ਵਾਲੀ ਸੀ ਕਿ ਅੱਜ ਤੋਂ ਪਹਿਲਾਂ ਵੀ ਜਦ ਵੀ ਕਦੇ ਚੋਣਾਂ ਹੁੰਦੀਆਂ ਨੇ ਸੂਬੇ ਦੇ ਅੰਦਰ ਤਾਂ ਭਾਰਤੀ ਜਨਤਾ ਪਾਰਟੀ ਰਾਮ ਰਹੀਮ ਨੂੰ ਰਿਹਾਅ ਕਰਨ ਦੇ ਵਿੱਚ ਆਪਣੀ ਖੁਸ਼ੀ ਪ੍ਰਾਪਤ ਕਰਦੀ ਹੈ ਅਤੇ ਉਹਨੂੰ ਕਦੇ ਪਰੋਲ ਅਤੇ ਕਦੇ ਫਰਲੋ ਦੇ ਨਾਂ 'ਤੇ ਉਹ ਬਾਹਰ ਆ ਕੇ ਲੋਕਾਂ ਦੇ ਵਿੱਚ ਵਿਚਰਦਾ ਅਤੇ ਸਰਕਾਰੀ ਜਿਹੜੇ ਪ੍ਰੋਗਰਾਮ ਹੈ ਉਹਨਾਂ ਦੇ ਚੀਫ ਗੈਸਟ ਬਣਦਾ ਅਤੇ ਭਾਰਤੀ ਜਨਤਾ ਪਾਰਟੀ ਦੇ ਸਮਾਗਮਾਂ ਵਿੱਚੋਂ ਵੀਡੀਓ ਕਾਨਫਰੰਸਿੰਗ ਰਾਹੀਂ ਪਿਤਾ ਜੀ ਅਖਵਾ ਕੇ ਆਪਣਾ ਮਾਣ ਪ੍ਰਾਪਤ ਕਰਦਾ। ਮੈਂ ਇਹ ਸਮਝਦਾ ਕਿ ਰਾਮ ਰਹੀਮ ਜਿਹੜਾ ਕਿ ਸਾਡੇ ਸਮਾਜ ਲਈ ਅਤੇ ਸਾਡੇ ਜਿਹੜੇ ਤੰਤਰ ਵਾਸਤੇ ਜੇ ਕਾਨੂੰਨ ਦੇ ਮੁਤਾਬਕ ਵੱਡਾ ਦੋਸ਼ੀ ਹੈ, ਉੱਥੇ ਬਲਾਤਕਾਰ ਦੇ ਕੇਸ ਨੇ, ਉੱਥੇ ਕਤਲ ਦੇ ਕੇਸ ਨੇ। ਸੋ ਐਸੇ ਲੋਕਾਂ ਨੂੰ ਵਾਰ ਵਾਰ ਪਰੋਲ ਦੇਣੀ ਜਿਹਦੇ ਪਿੱਛੇ ਜਿਹੜਾ ਕਾਨੂੰਨ ਇਹ ਤਰਕ ਦੇ ਰਿਹਾ ਕਿ ਉਸਦਾ ਆਚਰਣ ਅੱਛਾ। ਸੋ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੇ ਸਾਰੇ ਹਲਕੇ ਨੇ, ਖਾਸ ਤੌਰ 'ਤੇ ਸਿੱਖ ਜਾਂ ਮਨੁੱਖਤਾ ਦੀ ਗੱਲ ਕਰਨ ਵਾਲੇ ਲੋਕ ਅੱਜ ਹੈਰਾਨ ਨੇ ਕਿ ਕਿਉਂ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਫੌੜੀਆਂ ਦੀ ਲੋੜ ਦਿਖਾਈ ਦੇ ਰਹੀ ਹੈ ਜਦੋਂ ਕਿ ਵੋਟਾਂ ਆਉਂਦੀਆਂ ਨੇ। ਭਾਵੇਂ ਕਿ ਪੰਜਾਬ ਹਰਿਆਣੇ ਦੇ ਅੰਦਰ ਜੋ ਹਾਲਾਤ ਨੇ ਉਹ ਆਉਣ ਵਾਲੇ ਦਿਨਾਂ ਵਿੱਚ ਉੱਥੋਂ ਦੇ ਲੋਕਾਂ ਨੇ ਫੈਸਲਾ ਸੁਣਾ ਦੇਣਾ, ਪਰ ਮੈਂ ਇਹ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਰਾਮ ਰਹੀਮ ਦੀਆਂ ਫੌੜੀਆਂ 'ਤੇ ਅਗਲਾ ਜਿਹੜਾ ਸਿਆਸੀ ਸਫ਼ਰ ਜਿਹੜਾ ਉਹ ਪਿਛਲੇ ਵੀ ਕਰਦੀ ਆਈ ਆ ਉਹ ਅਗਲੇ ਸਿਆਸੀ ਸਫ਼ਰ ਲਈ ਜਿਹੜੀ ਹੈ ਲੜਾਈ ਵਿੱਢ ਚੁੱਕੀ ਹੈ। ਪਰ ਇਹ ਜਿਹੜੀ ਸਮਾਜ ਦੇ ਵਾਸਤੇ ਬਹੁਤ ਮਾੜੀ ਗੱਲ ਆ, ਸਿੱਖ ਭਾਵਨਾਵਾਂ 'ਤੇ ਬਹੁਤ ਵੱਡੀ ਠੇਸ ਹੈ। ਸੋ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਈਕੋਰਟ ਦੇ ਵਿੱਚ ਜਿੱਥੇ ਇਸ ਦੇ ਖਿਲਾਫ਼ ਗਏ ਸੀ, ਅਸੀਂ ਹੁਣ ਇਸ ਦੀ ਤਿਆਰੀ ਕਰ ਰਹੇ ਹਾਂ ਕਿ ਇਸ ਤੋਂ ਅੱਗੇ ਇਸ ਨੂੰ ਚੁਣੌਤੀ ਦੇਣ ਲਈ ਕਿਹੜੇ ਰਸਤਾ ਅਤੇ ਕਿਹੜਾ ਕਾਨੂੰਨ ਦਾ ਜਿਹੜਾ ਰਸਤਾ ਅਪਣਾਇਆ ਜਾਵੇ। ਜਦੋਂ ਰਾਮ ਰਹੀਮ ਵਰਗੇ ਸਮਾਜ ਵਿਰੋਧੀ ਤੱਤਾਂ 'ਤੇ ਜਿਹੜੀਆਂ ਸਰਕਾਰਾਂ ਮਿਹਰਬਾਨ ਹੁੰਦੀਆਂ, ਖਾਸ ਤੌਰ 'ਤੇ ਦੇਸ਼ ਦੀ ਸੱਤਾ 'ਤੇ ਬੈਠੀ ਭਾਜਪਾ ਜਿਹੜੀ ਹੈ ਉਹ ਇਸ ਗੱਲ ਲਈ ਜ਼ਿਆਦਾ ਫਿਕਰਮੰਦੀ ਕਰਦੀ ਹੈ ਅਤੇ ਉਹਨਾਂ ਦੀ ਆਓ ਭਗਤ ਜ਼ਰੂਰੀ ਰਹਿੰਦੀ ਹੈ ਅਤੇ ਮੈਨੂੰ ਲੱਗਦਾ ਕਿ ਇਹ ਮਾੜੀ ਗੱਲ ਹੈ। ਉਦੋਂ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਸਿੱਖਾਂ ਦੇ ਨਾਲ ਇਹ ਵਿਤਕਰਾ ਕਿਉਂ, ਸਿੱਖਾਂ ਦੇ ਜਿਹੜੇ ਬੰਦੀ ਸਿੰਘ ਹੈ ਜਿਹੜੇ ਆ ਜਿਹੜੇ ਸਾਡੇ ਧਰਮੀ ਕੈਦੀ ਹੈ ਜਾਂ ਸਿਆਸੀ ਕੈਦੀ ਦੇ ਤੌਰ 'ਤੇ ਉਹਨਾਂ ਨਾਲ ਜਿਹੜਾ ਵਿਤਕਰਾ ਕਿਉਂ ਹੋ ਰਿਹਾ। ਅੱਜ ਰਾਮ ਰਹੀਮ ਨੂੰ 10ਵੀਂ ਵਾਰ ਪਰੋਲ ਦਿੱਤੀ ਜਾ ਰਹੀ ਹੈ ਅਤੇ ਬੰਦੀ ਸਿੰਘ ਜਿਹੜੇ ਆ ਉਹਨਾਂ ਦਾ ਜੋ ਅੱਜ ਹਾਲਾਤ ਹੈ ਜੋ 11-11 ਸਾਲ ਤੋਂ ਹਸਪਤਾਲਾਂ ਵਿੱਚ ਦਾਖਲ ਨੇ ਪਰ ਉਹਨਾਂ ਨੂੰ ਇਹ ਸਹੂਲਤਾਂ ਨਹੀਂ ਦਿਖਾਈ ਦੇ ਰਹੀਆਂ, ਉਦੋਂ ਇਹ ਸਵਾਲ ਦੇਸ਼ ਦੀ ਸੱਤਾ 'ਤੇ ਸਿੱਖ ਜਿਹੜਾ ਉਠਾਉਂਦਾ ਵਾ ਜਿਹਦਾ ਅੱਜ ਤੱਕ ਜਵਾਬ ਨਹੀਂ ਮਿਲਦਾ।